ਜਾਜਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੇ ਦੋ ਸਮਗਲਰਾਂ ਤੋਂ 1 ਕਿਲੋ 500 ਗ੍ਰਾਮ ਹੈਰੋਇਨ ਸਮੇਤ ਟਰੈਕਟਰ ਟਰਾਲੀ ਬਰਾਮਦ ਕੀਤਾ। ਪ੍ਰੀਤਮ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਰਦਾਰ ਬਲਜੀਤ ਸਿੰਘ ਸਿੱਧੂ ਪੀਪੀਐਸ ਕਪਤਾਨ ਪੁਲਿਸ ਫਿਰੋਜ਼ਪੁਰ ਦੀ ਅਗਵਾਈ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਨੇ ਸਾਥੀ ਕਰਮਚਾਰੀਆਂ ਸਮੇਤ ਸੌਕੜ ਨਹਿਰ ਰਕਬਾ ਸਾਬੂਆਣਾ ਥਾਣਾ ਸਦਰ ਵਿਖੇ ਟਰੈਕਟਰ ਮਹਿੰਦਰਾ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲ ਕਿ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸ ਦਈਏ ਕਿ ਫੜੇ ਗਏ ਵਿਅਕਤੀਆਂ ਦੇ ਨਾਮ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਦਿਆਲ ਸਿੰਘ ਵਾਸੀ ਝੁੱਗੀਆਂ ਨੱਥਾ ਸਿੰਘ ਜ਼ਿਲ੍ਹਾ ਤਰਨ ਤਾਰਨ ਅਤੇ ਬਗੀਚਾ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਰਸੂਲਪੁਰ ਜ਼ਿਲ੍ਹਾ ਤਰਨ ਤਾਰਨ ਦੱਸਿਆ ਜਾ ਰਿਹਾ ਹੈ। ਕੱਲ੍ਹ ਆਪਣੇ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ, ਜਿਹੜੀ ਕਿ 1 ਕਿਲੋ 500 ਗ੍ਰਾਮ 1.5 ਕਿਲੋ ਹੈਰੋਇਨ ਸਾਡੇ ਐਂਟੀ ਨਾਰਕੋਟਿਕ ਸੈੱਲ ਦੇ ਇੰਸਪੈਕਟਰ ਤਰਲੋਚਨ ਸਿੰਘ ਨੇ ਇਹਨਾਂ ਨੇ ਬਰਾਮਦ ਕੀਤੀ ਹੈ। ਦੋ ਬੰਦੇ ਅਸੀਂ ਫੜਿਆ ਟਰੈਕਟਰ ਦੇ ਉੱਤੇ। ਪਹਿਲਾ ਜਿਹੜਾ ਬੰਦਾ ਹੈਗਾ ਉਹਦਾ ਨਾਂ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਦਿਆਲ ਸਿੰਘ ਵਾਸੀ ਝੁੱਗੀਆਂ ਨੱਥਾ ਸਿੰਘ ਜ਼ਿਲ੍ਹਾ ਤਰਨ ਤਾਰਨ, ਅਤੇ ਦੂਜਾ ਬੰਦਾ ਹੈਗਾ ਬਗੀਚਾ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਰਸੂਲਪੁਰ। ਇਹ ਜਿਹੜਾ ਗੁਰਸੇਵਕ ਸਿੰਘ ਹੈਗਾ ਇਹਦਾ ਜਿਹੜਾ ਇਹਨੇ ਬੂਟੇ ਨਾਂ ਦੇ ਸਮਗਲਰ ਪਾਸੋਂ ਪਾਕਿਸਤਾਨ ਪਾਸੋਂ ਇਹਨੇ ਜਿਹੜੀ ਸਟਾਈ ਸੀ ਅਕਰੋਸ ਦੀ ਬਾਰਡਰ ਪਾਕਿਸਤਾਨ ਤੋਂ ਆਈ ਹੈ, ਅਤੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਹੈਗੀ ਸਾਨੂੰ ਫਿਰੋਜ਼ਪੁਰ ਪੁਲਿਸ ਨੂੰ ਐਂਟੀ ਨਾਰਕੋਟਿਕ ਸੈੱਲ ਜਿਹੜਾ ਫਿਰੋਜ਼ਪੁਰ ਆ ਉਹਨਾਂ ਦੀ ਵਜ੍ਹਾ ਨਾਲ ਅੱਗੇ ਉਹ ਇੰਟਰੋਗੇਟ ਕਰਦੇ ਹਾਂ, ਪੁੱਛਦੇ ਹਾਂ ਕਿੱਥੇ ਲੈ ਕੇ ਜਾਣੀ ਸੀ ਇਹਨਾਂ ਨੇ, ਕਿੱਦਾਂ ਦੇਣੀ ਸੀ, ਉਹ ਅਸੀਂ ਰਿਮਾਂਡ ਲੈਂਦੇ ਹਾਂ ਉਹਨਾਂ ਪੁਲਿਸ ਰਿਮਾਂਡ ਲੈ ਕੇ, ਅਤੇ ਪਹਿਲਾਂ ਵੀ ਇਹਨਾਂ ਦੇ ਪਰਚੇ ਐਨ ਡੀ ਪੀ ਐਸ ਦੇ ਦਰਜ ਨੇ, ਪਹਿਲਾਂ ਵੀ ਹੀਰੋਇਨ ਦੇ ਪਰਚੇ ਇਹਨਾਂ ਦੇ ਦਰਜ ਨੇ ਇਸਲਾਮੀ ਸਮਾਜ। ਗੁਰਮੇਲ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀ ਵੀ ਐਨ ਆਰ ਆਈ।